For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਵਿਧਾਨ ਸਭਾ ਹਲਕਾ ਪੱਟੀ ਦੇ ਨਜ਼ਦੀਕ ਪਿੰਡ ਕੋਟ ਬੁੱਢਾ ਦੇ ਇੱਕ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਪਿੰਡ ਦੇ ਲੋਕਾਂ ਮੁਤਾਬਿਕ ਤਾਰਾ ਸਿੰਘ ਉੱਤੇ 6 ਲੱਖ ਰੁਪਏ ਦਾ ਕਰਜ਼ਾ ਸੀ। ਘਰ ਦੀ ਗਰੀਬੀ ਇੰਨੀ ਵੱਧ ਗਈ ਸੀ ਕਿ ਘਰ ਵਿੱਚ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ। ਆਪਣੇ ਬੱਚਿਆਂ ਨੂੰ ਰੋਂਦੇ ਦੇਖ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਉਧਰ ਇਸ ਘਟਨਾ ਤੋਂ ਬਾਅਦ ਵਿਧਾਨ ਸਭਾ ਪੱਟੀ ਦੇ ਵਿਧਾਇਕ ਹਰਵਿੰਦਰ ਸਿੰਘ ਗਿੱਲ ਮੌਕੇ ਤੇ ਪਹੁੰਚੇ। ਉੱਥੋਂ ਦੇ ਕਿਸਾਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਮੰਤਰੀ ਦਿਨ ਰਾਤ ਸਾਡੇ ਕੋਲ ਆਉਂਦੇ ਨੇ, ਹੁਣ ਕਿਸਾਨ ਦੀ ਮੌਤ ਹੋਈ ਹੈ ਤਾਂ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ਇਹ ਹਾਲ ਹੋਇਆ, ਦੋ ਗੁੱਡੀਆਂ ਛੋਟੀਆਂ ਛੋਟੀਆਂ, ਕਰਜ਼ਾ ਕੁਰਜ਼ਾ ਵੀਰ ਜੀ ਬਹੁਤ ਜ਼ਿਆਦਾ ਚੜਿਆ ਸੀ ਸਿਰ ਤੇ, ਤੇ ਘਰ ਦਾ ਵੇਖ ਲਓ ਕੀ ਹਾਲਤ ਆ। ਹੁਣ ਮੀਂਹ ਪੈਂਦੇ ਤੇ ਕੋਠੇ ਚੋ ਚੋ ਸਿਰ ਚ ਪੈਂਦੇ ਸੀ, ਨਿੱਕੇ ਨਿੱਕੇ ਬੱਚੇ ਸੀ, ਬੜੀ ਮੁਸ਼ਕਿਲ ਦੇ ਨਾਲ ਵਿਚਾਰੇ ਰਾਤਾਂ ਕੱਢਦੇ ਸੀ। ਕਰਜ਼ਾ ਵੀਰ ਜੀ ਬਹੁਤ ਜ਼ਿਆਦਾ ਸੀ, ਇਸ ਕਰਕੇ ਕੀਤਾ ਕੀ ਮਨ ਚਾਹੀਦੇ ਕੀ ਨਹੀਂ। ਬੈਂਕਾਂ ਦਾ ਹੈਗਾ ਕਿ ਲੋਕਾਂ ਦਾ? ਮੇਰੇ ਖਿਆਲ ਲੋਕਾਂ ਦਾ ਵੀ ਹੈ, ਬੈਂਕਾਂ ਦਾ ਵੀ ਸ਼ਾਇਦ ਹੈਗਾ, ਲੋਕਾਂ ਦਾ ਵੀ ਜ਼ਿਆਦਾ। ਹਾਂਜੀ, ਦੋ ਗੁੱਡੀਆਂ ਵੀ ਵੱਡੇ ਆਪਰੇਸ਼ਨ ਦੇ ਨਾਲ ਹੀ ਵੀਰ ਜੀ ਹੋਈਆਂ। ਇਹ ਜੀ ਸਾਨੂੰ ਜਦੋਂ ਐਂਟੀਮੇਸ਼ਨ ਮਿਲੀ ਆ, ਇਹ ਕੋਈ ਤਾਰਾ ਸਿੰਘ ਸਨ ਆਫ ਸਤਨਾਮ ਸਿੰਘ ਕੌਮ ਮਜ਼ਬੀ ਵਾਸੀ ਕੋਟ ਬੁੱਢਾ, ਜਿਹੜਾ ਦਵਾਈ ਪੀਣ ਕਾਰਨ ਜਿਹੜੀ ਇਹਦੀ ਡੈਥ ਹੋ ਚੁੱਕੀ ਆ, ਅਤੇ ਸਾਡੀ ਜਿਹੜੀ ਪੁਲਿਸ ਪਾਰਟੀ ਇੱਥੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਪੁਲਿਸ ਵਿੱਚ ਲਿਆ, ਅਤੇ ਅਸੀਂ 174 ਦੀ ਕਾਰਵਾਈ ਜਿਹੜੀ ਉਹ ਜੋ ਬਣਦੀ ਕਾਰਵਾਈ ਉਹ ਕਰ ਰਹੇ ਹਾਂ। ਅਗਲੀ ਕਾਰਵਾਈ ਜਿਹੜੀ ਉਹ ਅਸੀਂ ਚਾਹੀ ਆ, ਇਹ ਕੋਈ ਸੁਣਨ ਜਾ ਰਿਹਾ ਜੀ, ਕੋਈ 3-4 ਲੱਖ ਰੁਪਏ ਕਰਜ਼ਾ ਸਰ ਹੈਗਾ ਸੀ ਕੋਈ ਆੜਤੀਆਂ ਦਾ, ਬਾਕੀ ਸਾਹਮਣੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਚੀਜ਼ ਆਊਗੀ ਉਹ ਪਤਾ ਲੱਗੇ। ਤਰਨ ਤਾਰਨ ਤੋਂ ਸੰਦੀਪ ਮਿਲਾਪ ਦੀ ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥਕੇਅਰ ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ A1 ਮਿਊਜ਼ਿਕ For best informational programs, please subscribe A1 Punjabi TV. And for all updated news, please subscribe A1 News.